ਅਸਲ ਵਿੱਚ ਇਸ ਵੇਲੇ ਟਾਈਮ ਦੀ ਕਮੀ ਹੈ ਸਾਡੇ ਕੋਲ ਤਕਰੀਬਨ 1 ਘੰਟਾ ਰਹਿੰਦਾ ਹੈ ਹਾਂ ਜੀ ਮਾਮਾ ਜੀ ਇਫਤਾਰੀ ਦਾ ਮਜ਼ਾ ਹੈ ਟੈਟ ਜ਼ਬਰਦਸਤ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਅਸਲਾਮ ਅਲੈਕੁਮ ਅੱਜ ਜੀ ਸਾਡਾ ਇਫਤਾਰੀ ਦਾ ਪਲਾਨ ਹੈ ਇਨਸ਼ਾਅੱਲਾ ਜਿਹੜਾ ਉਹ ਤਾਂ ਟੌਪ ਹੈ ਬਾਈਕ ਅਸੀਂ ਇੱਥੇ ਪਾਰ ਕੀਤੇ ਨੇ ਕਿਉਂਕਿ ਅਸੀਂ ਲਾਸਟ ਟਾਈਮ ਅਸਾਂ ਉਸ ਪਾਰਲੀ ਜਗ੍ਹਾ 'ਤੇ ਇਫਤਾਰੀ ਕੀਤੀ ਹੈ ਜੀ ਨਾ ਉਸ ਸਾਈਡ ਕੀਤੀ ਕਾਸਮ ਹੈ ਅਤੇ ਨਾਲ ਸਾਡੇ ਨਾਲ ਅਬੈਦੁੱਲਾ ਫਰੋਮ ਇਟਲੀ ਅਤੇ ਸਾਡਾ ਇੱਕ ਬੰਦਾ ਰਹਿੰਦਾ ਉਹ ਕਿਹੜਾ ਬੰਦਾ ਰਹਿੰਦਾ ਜੀ ਮਾਮੂ ਮਾਮਾ ਕਿਹੜੇ ਖਰਾਬ ਨਾ ਕਰੇ ਅੱਜ ਖਾਰ ਐਸਾ ਮਾਲ ਸਾਰਾ ਕਿਲਾ ਆ ਚਲੋ ਠੀਕ ਹੈ ਫਿਰ ਜੁਲਨੇ ਮਾਮਾ ਆਂਦੇ ਨਾ ਆਵੇ ਆਪਣਾ ਨਸੀਬ ਹੈ ਠੀਕ ਹੈ ਚਲੋ ਜੀ ਬਿਸਮਿਲ੍ਲਾ ਕਰੋ ਚਲੋ ਜੀ ਦਾਦਾ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਵਾਹ ਬਾਈ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਅਸਲਾਮ ਅਲੈਕੁਮ ਉਮੀਦ ਕਰਨਾ ਕਿ ਸਾਡੇ ਸਾਰੇ ਵਿਊਵਰਸ ਬਿਲਕੁਲ ਠੀਕ ਠਾਕ ਹੋਸੋ ਅੱਜ ਅਸੀਂ ਇੱਕ ਹੋਰ ਟਾਪ 'ਤੇ ਮੌਜੂਦ ਹਾਂ ਇੱਥੋਂ ਸਾਡੇ ਗ੍ਰਾਂਡ ਦੇ ਐਬਟਾਬਾਦ ਦੇ ਵਿਊ ਮਾਸ਼ਾਅੱਲਾ ਬਹੁਤ ਹੀ ਪਿਆਰਾ ਲੱਗਦਾ ਇੱਥੇ ਅੱਜ ਅਸੀਂ ਇਫਤਾਰੀ ਵੀ ਕਰਸਾਂ ਅਤੇ ਵੈਜੀਟੇਬਲ ਪੁਲਾਓ ਵੀ ਬਣਾਸਾਂ ਇਸ ਰੈਸਪੀਆਂ ਤੁਸੀਂ ਲੋਕ ਵੀ ਜ਼ਰੂਰ ਟਰਾਈ ਕਰਿਓ ਮਾਸ਼ਾਅੱਲਾ ਇਸ ਤਰੀਕੇ ਨਾਲ ਪੁਲਾਓ ਬਹੁਤ ਹੀ ਮਜ਼ੇ ਦਾ ਬਣਦਾ ਅਤੇ ਅਸਾਂ ਕਮੈਂਟ ਸੈਕਸ਼ਨ ਵਿੱਚ ਲਾਜ਼ਮੀ ਦੱਸਿਓ ਕਿ ਤੁਸੀਂ ਸਾਡੀ ਇਹ ਰੈਸਪੀ ਕਿੰਝੀ ਲੱਗੀ ਹੈ ਜੀ ਕਾਸਮ ਬਾਈ ਕੀ ਬਣਾਉਂਦੇ ਹੋ ਅੱਜ ਪੇ ਇਹਦਾ ਜੀ ਵੈਜੀਟੇਬਲ ਪੁਲਾਓ ਨਾਲ ਅਸਾਂ ਹੈ ਚਿਕਨ ਤੰਦੂਰੀ ਟਿੱਕਾ ਕਰਕੇ ਨਾ ਅੱਛਾ ਤਾਂ ਇਹ ਆਸਾਨ ਕਿਸਮ ਦੀ ਰੈਸਪੀ ਹੈ ਬਹੁਤ ਹੀ ਸਾਦਾ ਤੇ ਆਸਾਨ ਇਹ ਜ਼ਰਾ ਸਾਡੇ ਵੀਵਰਸ ਨੂੰ ਵੀ ਦੱਸੋ ਨਾ ਕੀ ਕੀ ਲਾਉਂਦੇ ਹੋ ਕੀ ਲਾਇਆ ਹੈ ਪਹਿਲੇ ਕੀ ਪਾਇਆ ਨਮਕ ਨਮਕ ਪਾਇਆ ਜੀ ਅੱਛਾ ਇਹ ਸਿਰਕਾ ਹੈ ਹੁਣ ਕੀ ਪਾਸੋ ਹੁਣ ਪਾਸਾਂ ਜੀ ਕੋਰਮਾ ਥੋੜਾ ਜਿਹਾ ਕੋਰਮਾ ਮਸਾਲਾ ਪਾਸਾਂ ਅੱਛਾ ਨਮਕ ਪਾਇਆ ਤੇ ਕੋਰਮਾ ਮਸਾਲਾ ਤੇ ਹੁਣ ਹੁਣ ਅੱਧਾ ਜਿਹਾ ਪੈਕਟ ਤੰਦੂਰੀ ਮਸਾਲਾ ਪਾਸਾਂ ਠੀਕ ਹੋ ਗਿਆ ਸਿਰਕਾ ਆ ਗਿਆ ਉਸ ਤੋਂ ਬਾਅਦ ਕੁਕਿੰਗ ਆਇਲ ਹੁਣ ਅੱਛੀ ਤਰ੍ਹਾਂ ਨਾਲ ਮਿਕਸ ਕਰ ਸੋ ਜੀ ਜੀ ਅੱਛੀ ਤਰ੍ਹਾਂ ਇਹ ਕੀ ਹੋਰ ਕੋਈ ਨਹੀਂ ਲਾਉਂਦੇ ਉਸ ਨਾ ਸਾਦਾ ਜਿਹਾ ਚਿਕਨ ਤੇ ਕਬਲ ਬਣਾਉਣੀ ਆ ਲੇਕਿਨ ਇਸ ਤਰ੍ਹਾਂ ਵੀ ਇਨਸ਼ਾ ਅੱਲਾ ਟੇਸਟੀ ਬਣ ਸੀ ਇਨਸ਼ਾ ਅੱਲਾ ਮਜ਼ਾ ਸੀ ਜੀ ਚਲੋ ਇਹ ਵਾਹ ਬਾਈ ਚੁੱਲ੍ਹਾ ਬਣਾਉਂਦੇ ਨੇ ਅਤੇ ਦੇਖ ਇਹਦਾ ਬੈਲੈਂਸ ਸੈੱਟ ਕਰਦੇ ਨੇ ਨਾ ਜੀ ਹੁਣ ਤਕਰੀਬਨ ਕਿਉਂ ਜੀ ਬੈਲੈਂਸ ਸੈੱਟ ਹੋਇਆ ਕਾਸਮ ਬਾਈ ਬਿਹਤਰੀਨ ਹੋ ਗਿਆ ਬਿਲਕੁਲ ਐਕੋਰੇਟ ਹੋ ਗਿਆ ਨਾ ਅਸਲ ਵੀ ਇਸ ਵੇਲੇ ਟਾਈਮ ਦੀ ਕਮੀ ਹੈ ਸਾਡੇ ਕੋਲ ਤਕਰੀਬਨ 1 ਘੰਟਾ ਰਹਿੰਦਾ ਜਿਸ ਵਿੱਚ ਅਸਾਂ ਚੌਲ ਵੀ ਪਕਾਉਣੇ ਨੇ ਅਤੇ ਬਾਰਬੀਕਿਊ ਵੀ ਰੈਡੀ ਕਰਨਾ ਅਸੀਂ ਕਰਸਾਂ ਨਾ ਇਨਸ਼ਾਅੱਲਾ ਇਹ ਤਾਂ ਅੱਧਾ ਘੰਟਾ ਹੋ ਗਿਆ ਉਸ ਵੀ ਕਰਾਂ ਅਸੀਂ ਤਾਂ ਇਹ ਤਾਂ ਗੱਲ ਹੀ ਕੋਈ ਨਹੀਂ ਕਿਉਂ ਜੀ
250 ਗ੍ਰਾਮ ਤੇਲ ਪਾਸੋ ਪਿਆਜ਼ ਤੇਜ ਪੱਤਾ ਅਤੇ ਕਾਲੀ ਇਲਾਚੀ ਪਾਓ ਇਸ ਵਿੱਚ ਦਰਚੀਨੀ ਦੇ ਦੋ ਟੁਕੜੇ ਇਸ ਵਿੱਚ ਕਾਲੀ ਮਿਰਚ ਜ਼ੀਰਾ ਅਤੇ ਲੌਂਗ ਇਸ ਵਿੱਚ ਸ਼ਾਮਿਲ ਨੇ ਅਦਰਕ ਅਤੇ ਲਹਿਸਨ ਇਹ ਜੀ ਪਿਆਜ਼ ਸਾਡਾ ਹੋ ਗਿਆ ਬਰਾਊਨ ਹੁਣ ਇਸ ਵਿੱਚ ਅਸੀਂ ਪਾਸਾਂ ਟਮਾਟਰ ਅਤੇ ਨੀਲੀਆਂ ਮਿਰਚਾਂ ਇਹ ਦੇਖੋ ਇਹ ਨਮਕ ਦੜਾ ਮਿਰਚ ਇਹ ਆ ਗਈਆਂ ਜੀ ਰੱਤੀਆਂ ਮਿਰਚਾਂ ਚਿਕਨ ਪਾਊਡਰ ਇਹ ਆ ਗਿਆ ਜੀ ਗਰਮ ਮਸਾਲਾ ਜੀ ਕੁੱਟੇ ਦਾ ਆਲੂ ਇਹ ਆ ਗਿਆ ਜੀ ਮਟਰ ਅਤੇ ਗਾਜਰ ਕੱਟੇ ਦੇ ਦੇਖੋ ਇਹ ਵੀ ਨਾਲ ਹੀ ਪਾ ਛੋੜੋ ਅਸਾਂ 10 ਮਿੰਟ ਸਬਜ਼ੀਆਂ ਭੁੰਨੇ ਤੇਲੇ ਦੇ ਹੀ ਦੇਖੋ ਮਾਸ਼ਾਅੱਲਾ ਹੁਣ ਅਸੀਂ ਇਸ ਵਿੱਚ ਤਕਰੀਬਨ 2 ਲੀਟਰ ਪਾਣੀ ਅਸੀਂ ਸ਼ਾਮਿਲ ਕਰਦੇ ਹਾਂ ਇਸ ਵਿੱਚ ਪਾਣੀ ਪੈ ਗਿਆ ਇਸ ਵਿੱਚ ਇਹ ਚੈੱਕ ਕਰੋ ਜੀ ਸਾਡੇ ਮਾਮੂ ਜਾਨ ਪਹੁੰਚਾਏ ਪਰ ਅਜੇ ਨਾਲ ਅਸਾਂ ਬੂ ਲੇਟ ਕੀਤੇ ਪਰ ਚਲੋ ਪਹੁੰਚਾਏ ਅਤੇ ਨਾਲ ਦੇਖੋ ਕਿਉਂ ਜੀ ਮਾਮੂ ਜੀ ਥੱਕੇ ਹੋ ਨਾਲ ਬੋਤਲਾਂ ਪਾਣੀ ਅਤੇ ਸ਼ਰਬੋ ਅਤੇ ਇਹ ਮਾਮਾ ਹੁਣੀ ਹੁਣ ਪਹੁੰਚੇ ਅਤੇ ਮਾਮੇ ਦੀ ਅਸਾਂ ਜ਼ਿੰਮੇਵਾਰੀ ਲਾਈ ਹੈ ਟਿੱਕਾ ਲਾਉਣੇ ਜੀ ਇਹ ਗ੍ਰਿਲ 'ਤੇ ਕਰ ਦੇਣ ਟਾਈਮ ਕਿਉਂਕਿ ਸਾਡੇ ਕੁਲਬੂ ਘੱਟ ਹੈ ਅਤੇ ਅਸਾਂ ਕੰਮ ਆ ਮੁਕਾਉਣਾ ਜੀ ਸਾਡਾ ਪਾਣੀ ਤਕਰੀਬਨ ਉਬਲ ਗਿਆ ਅਤੇ ਹੁਣ ਇਸ ਵਿੱਚ ਅਸੀਂ ਪਾਸਾਂ ਚਾਵਲ ਇਹ ਜੀ ਤਕਰੀਬਨ 80% ਪਾਣੀ ਤਕਰੀਬਨ ਖੁਸ਼ਕ ਹੋ ਗਿਆ ਅਤੇ ਹੁਣ ਇਸ 'ਤੇ ਅਸੀਂ ਪਾਸਾਂ ਜੀ ਲੈਮਨ ਦੇ ਸਲਾਈਸ ਇਹ ਧਨੀਆ ਜ਼ਰਾ ਜਿਹਾ ਨਾਲ ਹੀ ਸਾਂ ਅਸੀਂ ਦਮ ਪਾ ਦੇ ਸਰ ਬਿਸਮਿਲ੍ਲਾਹ ਵਾਹ ਬਾਈ ਅੱਜ ਤਾਂ ਮਾਮੇ ਸ਼ੂਟ ਪਕੜੀ ਦੀ ਹੈ ਜੀ ਟਾਈਮ ਹੀ ਨਹੀਂ ਰਹਿੰਦਾ ਓਏ ਮਾਮਾ ਅਤੇ ਜੀ ਟੋਟਲ 5 ਮਿੰਟ ਰਹਿੰਦੇ ਨੇ ਅਤੇ 5 ਮਿੰਟਾਂ ਦੇ ਅੰਦਰ ਅੰਦਰ ਮੇਰੇ ਤੇ ਕੱਪ ਕਾਣਾ ਅਤੇ ਮਾਮੇ ਸਲਾਮ ਇਹ ਹੈ ਕਾਫੀ ਹੱਦ ਤੱਕ ਤਕਰੀਬਨ ਇਸ ਤੇ ਕੇ ਨੇੜੇ ਲਾ ਕੇ ਰਾਤੇ ਕਾੜੀ ਖੜੇ ਸੀ
ਆਣੋ ਜੀ ਕਾਸਮ ਖਾਨ ਚਾਵਲ ਕਿੰਨਾ ਆਣੋ ਜੀ ਰੱਖੋ ਇੱਥੇ ਨੇੜੇ ਆਣੋ ਨੇੜੇ ਜ਼ਰਾ ਪਟੋ ਤੋਂ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਇਹ ਦੇਖੋ ਜੀ ਚਾਵਲ ਸਾਡਾ ਮਾਸ਼ਾਅੱਲਾ ਬੜਾ ਸੋਹਣਾ ਚਾਵਲ ਪੱਕੇ ਚੈੱਕ ਕਰੋ ਮਾਸ਼ਾਅੱਲਾ ਚਾਵਲਾਂ ਦੀ ਲੈਂਥ ਅਤੇ ਨਾਲੇ ਆ ਗਿਆ ਜੀ ਬਾਰਬੀਕਿਊ ਪਲੇਟਰ ਸਾਡਾ ਸਾਡਾ ਪਲੇਟਰ ਜੀ ਹਾਂ ਜੀ ਮਾਮਾ ਜੀ ਇਫਤਾਰੀ ਦਾ ਮਜ਼ਾ ਹੈ ਟੈਟ ਜ਼ਬਰਦਸਤ ਹੁਣ ਮੈਂ ਲੱਗਦਾ ਖੁਮਾਰੀ ਵੀ ਆਈ ਦੀ ਤੁਸੀਂ ਖੁਮਾਰੀ ਆ ਗਈ ਨੀਂਦਰ ਆਉਂਦੀ ਹੈ ਨੀਂਦਰ ਆਈ ਦੀ ਤੂੰ ਕਾਸਮ ਖਾਨ ਕਾਸਮ ਖਾਨ ਆ ਜੀ ਫੁੱਲ ਡੈਟ ਹੋ ਗਏ ਇਸ ਤੋਂ ਬਾਅਦ ਹੁਣ ਚਾਹ ਵਾਲੀ ਡਿਊਟੀ ਹੈ ਨਾ ਚਾਹ ਸ਼ਾਹ ਪੀਵਾਂ ਤਾਂ ਇਨਸ਼ਾ ਅੱਲਾਹ ਚਾਹ ਪੀ ਕੇ ਲਿਆਵਾਂ ਚਲ ਮਾਸ਼ਾਅੱਲਾ ਜੀ ਅੱਜ ਇਫਤਾਰੀ ਦਾ ਵੀ ਬੜਾ ਮਜ਼ਾ ਆਇਆ ਅਤੇ ਖਾਣੇ ਦਾ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਅਗਰ ਸਾਡੀ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਣਾ ਖਿਆਲ ਰੱਖੋ ਮਿਲਦੇ ਹਾਂ ਨੈਕਸਟ ਵੀਡੀਓ ਵੇ ਅੱਲਾ ਹਾਫਿਜ਼ ਜੀ ਅਸਲਾਮ ਵਾਲੇਕੁਮ ਆਪਣਾ